ਵੀ ਭੈਣਾ ਤੁਹਾਡੇ ਨਾਲ ਹੋਣਾ ਮੇਰਾ ਵਿਆਹ, ਲੇਕਿਨ ਸ਼ੁਕਰ ਕਿ ਤੁਸੀਂ ਪਿਆਰੇ ਨਿਕਲੇ ਜੇ। ਸਹੀ ਆ, ਆਈ ਲਵ ਯੂ। ਕੁਛ ਨੀ, ਇੱਕ ਵਾਰੀ ਬੰਦਾ ਗਲਤ ਹੋ ਹੀ ਜਾਂਦਾ, ਫਿਰ ਕੀ ਆ। ਤੁਸੀਂ ਮੇਰੇ ਭਰਾ ਜੇ, ਕਾਬਲੇ ਇਤਰਾਮ ਜੇ, ਤੁਸੀਂ ਇਹ ਪਸੰਦ ਆ, ਸਹੀ ਹੈ ਨਾ ਭਾਜੀ? ਇਹਦੀ ਕੋਈ ਸ਼ਿਕਾਇਤ ਸ਼ਿਕੂਤ ਨਹੀਂ ਨਾ? ਬਸ ਠੀਕ ਹੈ, ਕਿਉਂਕਿ ਫਰੰਟ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ, ਕਿਉਂਕਿ ਜੇ ਫਰੰਟ ਦੇ ਹੋਰ ਨਾ ਵੇਚਦੇ ਨਾ, ਤੇਰਾ ਮੇਰਾ ਹੁਣੇ ਪਿਆ। ਤੈਨੂੰ ਹੈਪੀ ਰੱਖ, ਕੋਈ ਮਸਲਾ ਪ੍ਰੋਬਲਮ ਤੇ ਦੱਸ ਦੇ। ਮੈਨੂੰ ਕੋਈ ਮਸਲਾ ਨਹੀਂ, ਮੈਨੂੰ ਤੁਸੀਂ ਪਸੰਦ ਆ ਗਏ ਹੋ। ਸ਼ਾਬਾਸ਼। ਤੁਹਾਨੂੰ ਮੈਂ ਗੱਲ ਦੱਸਾਂ? ਹਾਂਜੀ। ਮੈਂ ਤੁਹਾਨੂੰ ਖੁਸ਼ ਰੱਖਾਂਗੀ, ਮੈਂ ਤੁਹਾਡੇ ਪੈਰ ਕੁੱਟਾਂਗੀ, ਮੈਂ ਤੁਹਾਨੂੰ ਫੁੱਲ ਇੰਜੋਏ ਕਰਵਾਵਾਂਗੀ। ਥੈਂਕ ਯੂ। ਮਗਰ ਮੇਰੀ ਇੱਕ ਸ਼ਰਤ ਹੈ। ਹੁਕਮ 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 ਹੁਕਮ। ਮੈਨੂੰ ਕੋਈ ਤੁਸੀਂ ਭਾਜੀ, ਤੁਸੀਂ ਮੈਨੂੰ ਮਾਫੀ ਦੇ ਦਿਓ, ਗਰੰਟੀ ਤੁਸੀਂ ਦਿਓ ਭਾਜੀ ਇਹਦੀ। ਡਨ। ਆਈ ਲਵ ਯੂ, ਆਈ ਲਵ ਯੂ ਸਰ, ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ ਮੇਰੀ ਜਾਨ, ਸਦਾ ਸਲਾਮਤ ਰਹੋ। ਓਏ, ਇਹਨਾਂ ਦੇ ਨਾਲ ਹੀ 12 ਭਾਜੀ ਦੀ ਗਰੰਟੀ ਆ। ਹਾਂ, ਤਕਲੀਫ ਨਾ ਦੇਵਾਂ। ਮੇਰੀ ਗੱਲ ਸੁਣੋ, ਮੈਨੂੰ ਕੋਈ ਤਕਲੀਫ ਨਹੀਂ ਦੇਣੀ। ਅੱਛਾ ਜੀ, ਪੈਸੇ ਕਿੱਥੇ ਆ? ਛੱਡੋ ਤਾਂ ਸਹੀ, ਅਲੱਗ ਤੁਸੀਂ ਰੱਖ ਲਓ। ਅੱਛਾ, ਇਹਨੂੰ ਉਮਰੇ ਤੇ ਲੈ ਜਾਓ। ਹੈ ਸਾਲਿਓ, ਤਕਲੀਫ ਨਹੀਂ ਦੇਣੀ। ਹਸਬੈਂਡ ਤਾਂ ਵੀਕ ਤੇ ਹੋਣੀ ਕਿ ਨਹੀਂ ਹੋਣੀ? ਹਾਂ, ਹੋਣੀ ਹੋਣੀ ਹੋਣੀ। ਕਿਉਂ ਨਹੀਂ ਦੇਣੀ ਤਕਲੀਫ? ਪਹਿਲੇ ਦੱਸੋ ਮੈਨੂੰ। ਓਏ, ਬੜੇ ਨਾਜ਼ਾ ਨਾ ਪਾ ਲਈਏ। ਅੱਛਾ ਅੱਛਾ, ਇਸ ਕਰਕੇ ਤੁਸੀਂ ਕਹਿ ਰਹੇ ਕੋਈ ਤਕਲੀਫ ਨਹੀਂ? ਹਾਂ, ਨਾ ਪਾ ਲਿਆ ਜੀ। ਓਕੇ, ਅੱਛਾ ਜੀ, ਮੇਰੀ ਗੱਲ ਸੁਣੋ। ਹਾਂਜੀ, ਤੁਸੀਂ ਮੈਨੂੰ ਮਰੀ ਲੈ ਕੇ ਜਾਇਓ, ਤੁਸੀਂ ਮੈਨੂੰ ਅਮਰੀਕਾ ਲੈ ਕੇ ਜਾਇਓ, ਦੁਬਈ ਲੈ ਕੇ ਜਾਇਓ, ਹਰ ਜਗ੍ਹਾ ਤੇ ਲੈ ਕੇ ਜਾਇਓ, ਮਗਰ ਮੇਰੀ ਇੱਕ ਸ਼ਰਤ ਤੇ। ਹੁਕਮ। ਮੈਨੂੰ ਕੋਈ ਤਕਲੀਫ ਨਾ ਦਿਓ। ਓਏ, ਮੈਂ ਬਾਹੂਬਲੀ ਦਾ ਮੁੰਡਾ, ਮੈਂ ਸਾਲਿਓ, ਮੈਂ ਜਾਂਦੇ ਹੀ ਧੌਣ ਲਾ ਦੇਣੀ ਇਹਦੀ। ਹੈ, ਮੈਂ ਨੇਜ਼ਾ ਮਾਰ ਦੇਣਾ ਇਹਦੇ ਤੇ। ਤੂੰ ਜਿੰਜਦੀ ਇਹਨਾਂ ਦੀ ਭੈਣ, ਉਂਜਦੀ ਤੂੰ ਮੇਰੀ ਭੈਣ। ਮੈਂ ਤਕਲੀਫ ਦੇ ਸਕਦਾ? ਕਹਿਣ ਦਾ ਮਤਲਬ ਕਿ ਅੱਧੀ ਰਾਤ ਨੂੰ ਆਂਡੀ ਨਾ ਪਕਵਾਉਣਾ, ਰੋਟੀ ਨਾ ਪਕਵਾਉਣਾ। ਅੱਛਾ ਅੱਛਾ, ਉਂਝ ਜੋ ਮਰਜ਼ੀ ਜਵਾਏ। ਐ ਵੀ ਬਿਲਾ ਬਜਾ। ਕੋਈ ਨਹੀਂ ਕੋਈ ਨਹੀਂ, ਠੀਕ ਹੈ। ਇਜ਼ੀ ਇਜ਼ੀ, ਵੈਲ ਡਨ ਸ਼ਾਬਾਸ਼, ਬਹੁਤ। ਇਹ ਸਾਡੇ ਘਰ ਦੀ ਗੱਲ ਚ ਕੰਜਰਾ ਤੂੰ ਕਿਉਂ ਬੋਲਣ ਦਿਆ? ਹੈ, ਮੇਰੀ ਗੱਲ ਸੁਣੋ ਜੀ। ਜੀ, ਤੁਸੀਂ ਨਾ ਜਾਓਗੇ ਨਾ ਤੇ ਮੈਂ ਬਾਹਰ ਸਾਬਣ ਰੱਖਾਂਗੀ, ਸ਼ੈਂਪੂ ਰੱਖਾਂਗੀ, ਤੌਲੀਆ ਰੱਖਾਂਗੀ। ਇਹਦਾ ਪਿੰਡੀ ਚ ਹਮਾਮ? ਨਹੀਂ,
ਤੁਹਾਡੀ ਤਰਬੀਅਤ ਅਸੀਂ ਕੀਤੀ, ਉਹਨੂੰ ਦੱਸਿਆ ਕਿਹੜੀ ਸ਼ੈ ਕਿੱਥੇ ਰੱਖਣੀ ਹੈ। ਤੁਹਾਨੂੰ ਰੋਟੀ ਪਕਾ ਕੇ ਦਵਾਂਗੀ, ਤੁਹਾਨੂੰ ਹਾਂਡੀ ਪਕਾ ਕੇ ਦਵਾਂਗੀ, ਤੁਹਾਨੂੰ ਹਰ ਸ਼ੈ ਦਵਾਂਗੀ, ਮਗਰ ਮੈਨੂੰ ਇੱਕ ਸ਼ਰਤ ਹੈ। ਕੀ? ਮੈਨੂੰ ਤਕਲੀਫ ਨਾ ਦੇ। ਹੁਣ ਤਕਲੀਫ ਦੇਣੀ ਜੀ ਏ, ਹੁਣ ਮੈਂ ਛਿਲਣੀ ਏ, ਮੈਂ ਕੋਈ ਕਰਨਾ ਓਏ ਗੱਲ ਸੁਣ ਗੰਜਿਆ, ਉਹ ਦੋ ਹਾਥੀ ਮਾਰ ਜਾ ਚਾਚਾ। ਹਾਂ ਇਹ ਲੈ ਉਹ ਵੇਖ ਲੈ, ਤੇਰੀ ਕਿੱਡੀ ਸੋਹਣੀ ਤੇਰੀ ਭੈਣ ਓਏ, ਆਪ ਤੂੰ ਗੰਜਦਾ ਓਏ, ਇਹ ਕੀ ਕਰਾਸ ਪਿਆ ਸੀ? ਕੀ ਸੀ ਕਰਾਸ? ਨਹੀਂ ਕੋਈ ਫਰਾਸ ਪਿਆ ਸੀ।